ਲੋਕ ਸਭਾ ਚੋਣਾਂ ਨਾਲ ਜੁੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਅਕਾਲੀ ਦਲ ਅਤੇ ਬੀਜੇਪੀ ਦਾ ਮੁੜ ਤੋਂ ਗਠਬੰਧਨ ਹੋ ਸਕਦਾ ਹੈ, ਗੱਠਜੋੜ ਹੋ ਸਕਦਾ ਹੈ। ਦੱਸ ਦਈਏ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਨਿਊਜ਼ 18 ਦੇ ਰਾਈਜ਼ਿੰਗ ਭਾਰਤ ਦੇ ਮੰਚ ਤੇ ਇਹ ਬਿਆਨ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਹੈ ਕਿ ਗੱਲਬਾਤ ਜਾਰੀ ਹੈ ਤੇ ਸਾਡਾ ਸੀਟਾਂ ਨੂੰ ਲੈ ਕੇ ਗੱਲਬਾਤ ਜਾਰੀ ਹੈ, ਆਫਰ ਦਿੱਤਾ ਜਾ ਰਿਹਾ, ਸੀਟਾਂ ਤੇ ਗੱਲਬਾਤ ਹੋ ਰਹੀ ਹੈ, ਤਾਂ ਆਉਂਦੇ 2-3 ਦਿਨ ਦੇ ਵਿੱਚ ਤਸਵੀਰ ਬਿਲਕੁਲ ਸਾਫ਼ ਹੋ ਜਾਵੇਗੀ। ਰਾਈਜ਼ਿੰਗ ਭਾਰਤ ਦੇ ਮੰਚ ਦੇ ਉੱਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਮੁੱਖ ਚੋਣ ਰਣਨੀਤੀਕਾਰ ਦੇ ਵੱਲੋਂ ਇਹ ਸਟੇਟਮੈਂਟ ਦਿੱਤੀ ਗਈ ਹੈ। ਦੱਸ ਦਈਏ ਕਿ ਦੇਸ਼ ਦੇ ਗ੍ਰਹਿ ਮੰਤਰੀ ਪਹੁੰਚੇ ਸੀ ਰਾਈਜ਼ਿੰਗ ਭਾਰਤ ਦੇ ਵਿੱਚ, ਤਾਂ ਆਫਰਾਂ ਦਾ ਦੌਰ ਜਾਰੀ ਹੈ, 2-3 ਦੇ ਦਿਨ ਦੇ ਵਿੱਚ ਇਹ ਸਥਿਤੀ ਸਾਫ਼ ਹੋ ਜਾਵੇਗੀ। ਐਨਡੀਏ ਦਾ ਮੁੜ ਹਿੱਸਾ ਬਣੇਗਾ ਅਕਾਲੀ ਦਲ। ਦੱਸ ਦਈਏ ਕਿ ਅਸੀਂ ਲਗਾਤਾਰ ਇਹ ਗੱਲ ਦੱਸਦੇ ਆਏ ਹਾਂ ਖਬਰਾਂ ਦੇ ਰਾਹੀਂ ਕਿ ਅਕਾਲੀ ਦਲ ਅਤੇ ਬੀਜੇਪੀ ਦਾ ਗੱਠਜੋੜ ਨੂੰ ਲੈ ਕੇ ਚਰਚਾ ਚੱਲ ਰਹੀ ਹੈ, ਤਾਂ ਹੁਣ ਅਮਿਤ ਸ਼ਾਹ ਦੇ ਵੱਲੋਂ ਵੀ ਇਹ ਸਪਸ਼ਟ ਕੀਤਾ ਗਿਆ ਹੈ ਕਿ ਅਗਲੇ 2-3 ਦਿਨਾਂ ਦੇ ਵਿੱਚ ਸਥਿਤੀ ਜਿਹੜੀ ਹੈ ਉਹ ਬਿਲਕੁਲ ਸਪਸ਼ਟ ਹੋ ਜਾਵੇਗੀ। ਦੱਸ ਦਈਏ ਕਿ ਪਹਿਲਾਂ ਅਕਾਲੀ ਦਲ ਅਤੇ ਬੀਜੇਪੀ 10-3 ਦੇ ਫਾਰਮੂਲੇ ਤੇ ਚੋਣ ਲੜਦੇ ਸੀ, ਇਸ ਵਾਰ ਜਿਹੜਾ ਸਥਿਤੀ ਥੋੜੀ ਵੱਖਰੀ ਹੈ, 8-5 ਜਾਣੀ ਕਿ 8 ਸੀਟਾਂ ਤੇ ਅਕਾਲੀ ਦਲ ਤੇ 5 ਸੀਟਾਂ ਤੇ ਬੀਜੇਪੀ ਚੋਣ ਲੜ ਸਕਦੀ ਹੈ। ਪਰ ਉਹ ਕਿਹੜੀਆਂ ਸੀਟਾਂ ਹੋਣਗੀਆਂ ਇਸੇ ਨੂੰ ਲੈ ਕੇ ਹਾਲੇ ਪੇਚ ਫਸਿਆ ਹੋਇਆ ਹੈ, ਇਸੇ ਨੂੰ ਲੈ ਕੇ ਚਰਚਾ ਜਿਹੜੀ ਆ ਉਹ ਚੱਲ ਰਹੀ ਹੈ। ਤਾਂ ਸਾਈਡ ਨਾਲ ਗੱਠਜੋੜ ਨੂੰ ਲੈ ਕੇ, ਜਾਣੀ ਕਿ ਅਕਾਲੀ ਦਲ ਦੇ ਨਾਲ ਗੱਠਜੋੜ ਨੂੰ ਲੈ ਕੇ ਅਮਿਤ ਸ਼ਾਹ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਕਿ ਗੱਲਬਾਤ ਜਾਰੀ ਹੈ, ਹਾਲੇ ਸੀਟਾਂ ਨੂੰ ਲੈ ਕੇ ਇੱਕ ਦੂਜੇ ਨੂੰ ਆਫਰ ਦਿੱਤੇ ਜਾ ਰਹੇ ਨੇ, 2-3 ਦਿਨਾਂ ਦੇ ਵਿੱਚ ਸਥਿਤੀ ਜਿਹੜੀ ਹੈ ਉਹ ਬਿਲਕੁਲ ਸਾਫ਼ ਹੋ ਜਾਵੇਗੀ। ਦੱਸੀਏ ਕਿ ਕਿਸਾਨ ਅੰਦੋਲਨ ਦੇ ਦੌਰਾਨ ਅਕਾਲੀ ਦਲ ਅਤੇ ਬੀਜੇਪੀ ਦਾ ਗੱਠਜੋੜ ਟੁੱਟ ਗਿਆ ਸੀ, ਜਦੋਂ ਕੇਂਦਰ ਦੇ ਵਿੱਚ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਸੀ। ਤਾਂ ਵੱਡੀ ਖਬਰ ਹੈ ਐਨਡੀਏ ਦੇ ਵਿੱਚ ਵਾਪਸੀ ਕਰੇਗਾ ਅਕਾਲੀ ਦਲ। ਦੱਸ ਦਈਏ ਕਿ 8-5 ਸੀਟਾਂ ਦੀ ਚਰਚਾ ਚੱਲ ਰਹੀ ਹੈ। ਇੱਕ ਦੂਜੇ ਅਮਿਤ ਸ਼ਾਹ ਦੇ ਵੱਲੋਂ ਸਟੇਟਮੈਂਟ ਦਿੱਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਸਾਫ਼ ਕਰ ਦਿੱਤਾ ਹੈ ਕਿ 2-3 ਦਿਨ ਲੱਗਣੇ ਨੇ, ਕਿਉਂਕਿ ਆਫਰ ਕੀ ਹੈ, ਦਰਅਸਲ ਅਕਾਲੀ ਦਲ ਅਤੇ ਬੀਜੇਪੀ ਪਹਿਲਾਂ 10 ਸੀਟਾਂ ਤੇ ਅਕਾਲੀ ਦਲ ਅਤੇ 3 ਸੀਟਾਂ ਤੇ ਬੀਜੇਪੀ ਚੋਣ ਲੜਦੀ ਸੀ, ਜਿਸ ਦੇ ਵਿੱਚ 3 ਸੀਟਾਂ ਅੰਮ੍ਰਿਤਸਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਸਨ, ਬਾਕੀ ਦੀਆਂ ਸੀਟਾਂ ਤੇ ਅਕਾਲੀ ਦਲ ਚੋਣ ਲੜਦਾ ਸੀ। ਪਰ ਜਿਸ ਢੰਗ ਦੇ ਨਾਲ ਫਿਰ 2022 ਦੇ ਵਿੱਚ ਨਤੀਜੇ ਆਏ, ਜਾਂ 2003 ਸੀਟਾਂ ਅਕਾਲੀ ਦਲ ਨੂੰ, 2 ਸੀਟਾਂ ਬੀਜੇਪੀ ਨੂੰ ਆਈਆਂ, ਉਸ ਤੋਂ ਬਾਅਦ ਸਥਿਤੀ ਬਦਲੀ, ਜਿਸ ਦੇ ਵਿੱਚ ਜਾਂ ਗੱਠਜੋੜ ਟੁੱਟਿਆ। ਹੁਣ ਜਿਹੜੀ ਬੀਜੇਪੀ ਆ ਉਹ ਮੰਗ ਕਰ ਰਹੀ ਹੈ ਕਿ ਸਾਨੂੰ 5 ਸੀਟਾਂ ਦਿੱਤੀਆਂ ਜਾਣ, ਤਾਂ ਕਿਹੜੀਆਂ 5 ਸੀਟਾਂ ਹੋਣਗੀਆਂ, ਕਿਉਂਕਿ 3 ਸੀਟਾਂ ਤਾਂ ਪਹਿਲਾਂ ਹੀ ਨੇ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਅੰਮ੍ਰਿਤਸਰ, 3 ਸੀਟਾਂ ਬੀਜੇਪੀ ਲੜਦੀ ਆਈ ਹੈ, 2 ਸੀਟਾਂ ਹੋਰ ਮੰਗ ਰਹੀ ਹੈ, ਜਿਨ੍ਹਾਂ ਦੇ ਵਿੱਚ ਜਾਂ ਤਾਂ ਪਟਿਆਲਾ ਅਤੇ ਜਿੱਥੋਂ ਪ੍ਰਨੀਤ ਕੌਰ ਲੜਨਾ ਚਾਹੁੰਦੇ ਨੇ, ਜਾਂ ਫਿਰ ਜਲੰਧਰ ਅਤੇ ਲੁਧਿਆਣਾ ਦੇ ਵਿੱਚੋਂ ਕੋਈ ਵੀ ਸੀਟ ਹੋ ਸਕਦੀ ਹੈ। ਜ਼ਿਆਦਾ ਜਿਹੜੀ ਕਿਆਸੇ ਲਾਏ ਜਾ ਰਹੇ ਨੇ ਉਹ ਜਲੰਧਰ ਸੀਟ ਹੈ, ਤਾਂ ਅਮਿਤ ਸ਼ਾਹ ਦੇ ਵੱਲੋਂ ਵੀ ਇਸ ਗੱਲ ਤੇ ਮੋਹਰ ਲਾਈ ਗਈ ਹੈ ਕਿ ਸੀਟਾਂ ਦੇ ਆਫਰ ਦਿੱਤੇ ਜਾ ਰਹੇ ਨੇ। ਹਾਲਾਂਕਿ ਖੁੱਲੇ ਮੰਚ ਤੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਇਸ ਤੋਂ ਥੋੜਾ ਜਿਹਾ ਡਿਨਾਈ ਕਰਦੇ ਆਏ ਨੇ ਕਿ ਸਾਡੀ ਤਾਂ ਤਿਆਰੀ 13 ਸੀਟਾਂ ਤੇ ਹੀ ਹੈ, ਪਰ ਹੁਣ ਅਮਿਤ ਸ਼ਾਹ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਅਕਾਲੀ ਦਲ ਐਨਡੀਏ ਦਾ ਹਿੱਸਾ ਬਣੇ, ਤਾਂ ਇਸ ਤੇ ਚਰਚਾ ਚੱਲ ਰਹੀ ਹੈ, ਆਉਂਦੇ 2-3 ਦਿਨਾਂ ਦੇ ਵਿੱਚ ਤਸਵੀਰ ਸਾਫ਼ ਹੋਵੇਗੀ। ਅਮਿਤ ਸ਼ਾਹ ਦੇ ਵੱਲੋਂ ਰਾਈਜ਼ਿੰਗ ਭਾਰਤ ਦੇ ਮੰਚ ਤੇ ਸਟੇਟਮੈਂਟ ਦਿੱਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਹਾਲੇ ਸੀਟਾਂ ਨੂੰ ਲੈ ਕੇ ਇੱਕ ਦੂਜੇ ਨੂੰ ਆਫਰ ਦੇ ਰਹੇ ਹਾਂ। ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਪੰਜਾਬ ਬਚਾਓ ਯਾਤਰਾ ਕੱਢ ਰਹੇ ਨੇ, ਜੇਕਰ ਅਕਾਲੀ ਦਲ ਅਤੇ ਬੀਜੇਪੀ ਦਾ ਗੱਠਜੋੜ ਹੁੰਦਾ ਹੈ ਤਾਂ ਸਥਿਤੀ ਵੱਖਰੀ ਹੋਵੇਗੀ।
ਕਿਉਂਕਿ ਅਕਾਲੀ ਦਲ ਅਤੇ ਬੀਜੇਪੀ ਜਿਹੜਾ ਕੰਬੀਨੇਸ਼ਨ ਹੈ ਉਹ ਪਹਿਲਾਂ ਵੀ ਫਿੱਟ ਰਿਹਾ ਪੰਜਾਬ ਦੇ ਵਿੱਚ। 2007 ਤੋਂ ਲੈ ਕੇ 17 ਤੱਕ ਅਕਾਲੀ ਦਲ ਅਤੇ ਬੀਜੇਪੀ 10 ਸਾਲ ਇਕੱਠਿਆਂ ਪੰਜਾਬ ਦੇ ਵਿੱਚ ਜਿੱਤਦੇ ਰਹੇ ਨੇ ਤੇ ਹੁਣ ਜੇਕਰ ਦੁਬਾਰਾ ਤੋਂ ਇਹ ਗੱਠਜੋੜ ਹੁੰਦਾ ਹੈ ਤਾਂ ਸਥਿਤੀ ਕੀ ਹੋਏਗੀ? ਕਿਉਂਕਿ ਪਿਛਲੇ ਸਮੇਂ ਦੇ ਵਿੱਚ ਬੀਐਸਪੀ ਦੇ ਨਾਲ ਗੱਠਜੋੜ ਹੋਇਆ ਅਕਾਲੀ ਦਲ ਦਾ, ਜਦੋਂ ਬੀਜੇਪੀ ਨਾਲ ਗੱਠਜੋੜ ਟੁੱਟਿਆ ਤਾਂ ਬੀਐਸਪੀ ਨਾਲ ਹੋਇਆ, ਪਰ ਉਸ ਦੇ ਵਿੱਚ ਸਿਰਫ 4 ਵਿਧਾਨ ਸਭਾ ਸੀਟਾਂ ਜਿਸ ਦੇ ਵਿੱਚ 3 ਅਕਾਲੀ ਦਲ ਅਤੇ 1 ਬੀਐਸਪੀ ਨੂੰ ਮਿਲੀ। ਤੇ ਹੁਣ ਲੋਕ ਸਭਾ ਦੇ ਵਿੱਚ ਸਥਿਤੀ ਕੀ ਹੋਏਗੀ? ਕਿਉਂਕਿ ਜਲੰਧਰ ਜ਼ਿਮਨੀ ਚੋਣ ਜਦੋਂ ਹੋਈ ਹੈ, ਜਲੰਧਰ ਜ਼ਿਮਨੀ ਚੋਣ ਦੇ ਵਿੱਚ ਦੋਵਾਂ ਦਾ ਜੇਕਰ ਵੋਟ ਜੋੜ ਕੇ ਦੇਖੀ ਜਾਵੇ, ਚਾਹੇ ਉਹ ਅਕਾਲੀ ਦਲ ਦੇ ਡਾਕਟਰ ਸੁੱਖੀ, ਚਾਹੇ ਬੀਜੇਪੀ ਦੇ ਇੰਦਰ ਇਕਬਾਲ ਅਟਵਾਲ, ਤਾਂ ਉਹਨਾਂ ਦੀ ਜਿਹੜੀ ਵੋਟ ਆ ਉਹ 2,93,000 ਬਣਦੀ ਸੀ, ਜਦਕਿ ਸੁਸ਼ੀਲ ਰਿੰਕੂ ਜਿਹੜੇ ਨੇ ਉਹ 3,03,000 ਵੋਟਾਂ ਲੈ ਕੇ ਜੇਤੂ ਰਹੇ ਸਨ, ਤਾਂ ਬਹੁਤ ਨੇੜੇ ਸੀ ਸਥਿਤੀ। ਤਾਂ ਅਗਲੇ 2-3 ਦਿਨਾਂ ਦੇ ਵਿੱਚ ਸਥਿਤੀ ਸਾਫ਼ ਹੋਵੇਗੀ। ਅਸੀਂ ਚਾਹੁੰਦੇ ਹਾਂ ਕਿ ਐਨਡੀਏ ਦੇ ਸਾਰੇ ਸਹਿਯੋਗੀ ਇਕੱਠੇ ਹੋਣ, ਇਹ ਕਹਿਣਾ ਹੈ ਅਮਿਤ ਸ਼ਾਹ ਦਾ, ਤੇ ਨਿਊਜ਼ 18 ਦੇ ਮੰਚ ਦੇ ਉੱਤੇ ਅਮਿਤ ਸ਼ਾਹ ਦੇ ਵੱਲੋਂ ਇਹ ਸਟੇਟਮੈਂਟ ਦਿੱਤੀ ਗਈ ਹੈ। ਦੱਸ ਦੇ ਕਿ ਅਕਾਲੀ ਦਲ ਦੇ ਨਾਲ ਲਗਾਤਾਰ ਗੱਲਬਾਤ ਜਾਰੀ ਹੈ, ਇਹ ਕਿਹਾ ਹੈ ਅਮਿਤ ਸ਼ਾਹ ਦੇ ਵੱਲੋਂ। ਜੇਕਰ ਇਹ ਗੱਠਜੋੜ ਹੁੰਦਾ ਹੈ ਤਾਂ ਫਿਰ ਪੰਜਾਬ ਦੇ ਵਿੱਚ ਸਥਿਤੀ ਕੀ ਹੋਏਗੀ? ਇੱਕ ਪਾਸੇ ਆਮ ਆਦਮੀ ਪਾਰਟੀ ਹੈ, ਦੂਜੇ ਪਾਸੇ ਕਾਂਗਰਸ ਹੈ, ਤੇ ਤਿਕੋਣਾ ਮੁਕਾਬਲਾ ਫਿਰ ਮੰਨਿਆ ਜਾ ਸਕਦਾ ਹੈ ਅਕਾਲੀ ਦਲ ਅਤੇ ਬੀਜੇਪੀ ਦਾ, ਤਾਂ ਇੱਕ ਫਾਈਟ ਜਿਹੜੀ ਆ ਉਹ ਬਹੁਤ ਸਖਤ ਹੋ ਜਾਵੇਗੀ ਪੰਜਾਬ ਦੇ ਵਿੱਚ, ਕਿਉਂਕਿ ਜਿਹੜੀ ਪੰਜਾਬ ਦੇ ਵਿੱਚ ਹਿੰਦੂ ਭਾਈਚਾਰੇ ਦੀ ਵੋਟ ਹੈ ਉਹ ਬਹੁ ਗਿਣਤੀ ਦੇ ਵਿੱਚ ਹੈਗੀ ਆ, ਬਹੁਤ ਵੋਟ ਹੈਗੀ ਹੈ ਹਿੰਦੂ ਭਾਈਚਾਰੇ ਦੀ, ਤੇ ਇਸ ਵਾਰ ਰਾਮ ਮੰਦਿਰ ਦਾ ਫੈਕਟਰ ਜਿਹੜਾ ਉਹ ਵੀ ਪੰਜਾਬ ਦੇ ਵਿੱਚ ਕੰਮ ਕਰ ਸਕਦਾ ਹੈ। ਜੇ ਹਿੰਦੂ ਭਾਈਚਾਰੇ ਦੀ ਵੋਟ ਜਿਹੜੀ ਹੈ ਬੀਜੇਪੀ ਨੂੰ ਜਾਂਦੀ ਹੈ ਤੇ ਅਕਾਲੀ ਦਲ ਗੱਠਜੋੜ ਕਰਦਾ ਹੈ ਤਾਂ ਜਿਹੜਾ ਇੰਪੈਕਟ ਹੈ ਉਹ ਵੱਖਰਾ ਹੋਏਗਾ। ਤੇ ਪਹਿਲਾਂ ਵੀ ਜੇਕਰ ਗੱਲ ਕੀਤੀ ਜਾਵੇ ਤਾਂ 3 ਸੀਟਾਂ ਗੁਰਦਾਸਪੁਰ, ਹੁਸ਼ਿਆਰਪੁਰ ਤੇ ਅੰਮ੍ਰਿਤਸਰ ਤੇ ਬੀਜੇਪੀ ਆਪਣੇ ਕੈਂਡੀਡੇਟ ਉਤਾਰਦੀ ਆਈ ਹੈ। ਇਸ ਵਾਰ ਜਿਹੜੇ ਪ੍ਰਨੀਤ ਕੌਰ ਨੇ ਉਹ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਨੇ ਕਾਂਗਰਸ ਛੱਡ ਕੇ, ਤਾਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਪ੍ਰਨੀਤ ਕੌਰ ਚੋਣ ਲੜਨਗੇ ਪਟਿਆਲਾ ਤੋਂ, ਤਾਂ ਫਿਰ ਜੇਕਰ ਇਹ ਗੱਠਜੋੜ ਹੁੰਦਾ ਹੈ ਤਾਂ ਪਟਿਆਲਾ ਸੀਟ ਬੀਜੇਪੀ ਦੇ ਹਿੱਸੇ ਜਾ ਸਕਦੀ ਹੈ, ਉੱਥੋਂ ਪ੍ਰਨੀਤ ਕੌਰ ਕੈਂਡੀਡੇਟ ਹੋ ਸਕਦੇ ਨੇ। ਤੇ ਦੂਜੇ ਪਾਸੇ ਹੁਸ਼ਿਆਰਪੁਰ ਦੀ ਗੱਲ ਕੀਤੀ ਜਾਵੇ ਜਾਂ ਗੁਰਦਾਸਪੁਰ ਦੀ ਗੱਲ ਕੀਤੀ ਜਾਵੇ, ਪਿਛਲੀ ਵਾਰ ਸਨੀ ਦਿਓਲ ਉੱਥੋਂ ਜੇਤੂ ਰਹੇ ਸਨ, ਵੱਡੇ ਮਾਰਜਨ ਦੇ ਨਾਲ ਜੇਤੂ ਰਹੇ ਸਨ, ਸੁਨੀਲ ਜਾਖੜ ਨੂੰ ਹਰਾਇਆ ਸੀ। ਹੁਣ ਤਸਵੀਰ ਵੱਖਰੀ ਹੈ, ਹੁਣ ਸੁਨੀਲ ਜਾਖੜ ਕਾਂਗਰਸ ਛੱਡ ਕੇ ਭਾਜਪਾ ਦੇ ਪ੍ਰਧਾਨ ਨੇ, ਤਾਂ ਬਹੁਤ ਕੁਝ ਚੇਂਜਸ ਹੋਇਆ ਪਿਛਲੇ ਸਮੇਂ ਦੇ ਵਿੱਚ। ਅਕਾਲੀ ਦਲ ਅਤੇ ਬੀਜੇਪੀ ਦਾ ਗੱਠਜੋੜ ਨੂੰ ਲੈ ਕੇ ਗੱਲਬਾਤ ਜਾਰੀ ਹੈ, ਇਹ ਬਹੁਤ ਵੱਡਾ ਬਿਆਨ ਹੈ ਅਮਿਤ ਸ਼ਾਹ ਦਾ ਪੰਜਾਬ ਦੀ। ਅਕਾਲੀ ਦਲ ਅਤੇ ਬੀਜੇਪੀ ਦਾ ਗੱਠਜੋੜ ਜੇਕਰ ਹੁੰਦਾ ਹੈ ਤਾਂ ਵੋਟ ਸ਼ੇਅਰ ਜਿਹੜਾ ਹੈ ਜੇਕਰ ਇਕੱਠਾ ਹੁੰਦਾ ਹੈ ਤਾਂ ਫਿਰ ਸਥਿਤੀ ਪੰਜਾਬ ਦੇ ਵਿੱਚ ਵੱਖਰੀ ਹੋਏਗੀ। ਜੇਕਰ ਅਲੱਗ ਅਲੱਗ ਚੋਣ ਲੜੀ ਜਾਂਦੀ ਹੈ ਅਕਾਲੀ ਦਲ ਅਤੇ ਬੀਜੇਪੀ ਦੇ ਵੱਲੋਂ ਤਾਂ ਸਥਿਤੀ ਜਿਹੜੀ ਆ ਵੱਖਰੀ ਹੋਵੇਗੀ, ਪਰ ਜਿਸ ਢੰਗ ਦੇ ਨਾਲ ਸੀਟਾਂ ਦੀ ਆਫਰ ਦੀ ਗੱਲ ਕੀਤੀ ਗਈ ਅਮਿਤ ਸ਼ਾਹ ਦੇ ਵੱਲੋਂ ਉਹ ਸਾਫ਼ ਹੈ ਕਿ ਕਿਹੜੀਆਂ ਸੀਟਾਂ ਤੇ ਅਕਾਲੀ ਦਲ ਆਪਣਾ ਕੈਂਡੀਡੇਟ ਉਤਾਰਨਾ ਚਾਹੁੰਦਾ ਹੈ, ਕਿਹੜੀਆਂ ਸੀਟਾਂ ਤੇ ਬੀਜੇਪੀ ਆਪਣਾ ਕੈਂਡੀਡੇਟ ਉਤਾਰਨਾ ਚਾਹੁੰਦੀ ਹੈ। ਕਿਉਂਕਿ ਜਿਸ ਢੰਗ ਦੇ ਨਾਲ ਗੁਰਦਾਸਪੁਰ, ਅੰਮ੍ਰਿਤਸਰ ਜਾਂ ਫਿਰ ਹੁਸ਼ਿਆਰਪੁਰ ਦੀ ਗੱਲ ਕਰੀਏ, 3 ਤੇ ਤਾਂ ਬੀਜੇਪੀ ਪਹਿਲਾਂ ਹੀ ਲੜਦੀ ਆਈ ਹੈ, 2 ਸੀਟਾਂ ਬੀਜੇਪੀ ਇਸ ਵਾਰ ਹੋਰ ਮੰਗ ਰਹੀ ਹੈ, ਵਾਧੂ ਸੀਟਾਂ ਮੰਗ ਰਹੀ ਹੈ। ਉਸ ਦੇ ਵਿੱਚ ਕੀ ਹੈਗਾ ਹੈ ਕਿ ਪਟਿਆਲਾ ਸੀਟ ਮੇਨ ਹੈਗੀ ਹੈ, ਦੂਜੀ ਸੀਟ ਜਿਹੜੀ ਆ ਜਲੰਧਰ ਹੋ ਸਕਦੀ ਹੈ ਜਾਂ ਫਿਰ ਉਸ ਦੇ ਵਿੱਚ ਲੁਧਿਆਣਾ ਵੀ ਹੋ ਸਕਦੀ ਹੈ। ਜੇਕਰ ਜਲੰਧਰ ਹੁੰਦੀ ਹੈ ਤਾਂ ਉੱਥੋਂ ਜੇਕਰ ਬੀਜੇਪੀ ਉਤਾਰਦੀ ਹੈ ਤਾਂ ਹੰਸਰਾਜ ਹੰਸ ਵੀ ਕੈਂਡੀਡੇਟ ਹੋ ਸਕਦੇ ਨੇ ਤੇ ਇੰਦਰ ਇਕਬਾਲ ਅਟਵਾਲ ਵੀ ਹੋ ਸਕਦੇ ਨੇ, 3rd ਵੀ ਕੋਈ ਹੋ ਸਕਦਾ। ਪਰ ਹੁਣ ਤੱਕ ਦੀ ਸਥਿਤੀ ਜਿਹੜੀ ਤੁਹਾਨੂੰ ਦੱਸ ਰਹੇ ਹਾਂ, ਤਾਂ ਅਮਿਤ ਸ਼ਾਹ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਕਿ ਸੀਟਾਂ ਦਾ ਆਫਰ ਜਿਹੜਾ ਦਿੱਤਾ ਜਾ ਰਿਹਾ ਹੈ ਤਾਂ ਗੱਠਜੋੜ ਜਿਹੜਾ ਹੈ ਉਸ ਨੂੰ ਲੈ ਕੇ ਗੱਲਬਾਤ ਜਾਰੀ ਹੈ। ਅਕਾਲੀ ਦਲ ਦੇ ਵੱਡੇ ਲੀਡਰਾਂ ਦੇ ਨਾਲ ਗੱਲਬਾਤ ਜਿਹੜੀ ਹੈ ਬੀਜੇਪੀ ਦੀ ਉਹ ਹੋ ਰਹੀ ਹੈ, ਜਿਸ ਦੇ ਵਿੱਚ ਗੱਠਜੋੜ ਦੀ ਸੰਭਾਵਨਾ ਹਾਲੇ ਬਰਕਰਾਰ ਹੈ। ਤੇ ਅਮਿਤ ਸ਼ਾਹ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਆਉਂਦੇ 2-3 ਦਿਨਾਂ ਦੇ ਵਿੱਚ ਇਹ ਤਸਵੀਰ ਜਿਹੜੀ ਆ ਉਹ ਬਿਲਕੁਲ ਸਾਫ਼ ਹੋ ਜਾਵੇਗੀ, ਸਪਸ਼ਟ ਹੋ ਜਾਵੇਗੀ। ਸਿਰਫ 2-3 ਦਿਨ
ਬਾਕੀ ਨੇ ਚੋਣਾਂ ਦਾ ਐਲਾਨ ਹੈ ਜਿਹੜਾ ਹੋ ਚੁੱਕਿਆ ਪੰਜਾਬ ਦੇ ਵਿੱਚ, ਕਿਉਂਕਿ 1 ਜੂਨ ਨੂੰ ਵੋਟਾਂ ਪੈਣੀਆਂ ਨੇ, 4 ਜੂਨ ਨੂੰ ਨਤੀਜੇ ਆਉਣੇ ਨੇ, ਤੇ ਇਸ ਕਰਕੇ ਪੰਜਾਬ ਕੋਲੇ ਹਾਲੇ ਸਮਾਂ ਜਿਹੜਾ ਕਾਫੀ ਹੈ, ਤੇ ਇਸ ਕਰਕੇ ਇਸ ਗੱਠਜੋੜ ਤੇ ਹਾਲੇ ਵੀ ਜਿਹੜੀ ਗੱਲਬਾਤ ਹੈ ਉਹ ਜਾਰੀ ਹੈ। ਪਹਿਲਾਂ ਵੀ ਗੱਲਬਾਤ ਜਿਹੜੀ ਤੁਰੀ ਸੀਗੀ ਜਦੋਂ ਚਰਚਾ ਚੱਲ ਰਹੀ ਸੀ ਕਿ ਸੁਖਬੀਰ ਬਾਦਲ ਦਿੱਲੀ ਜਾ ਰਹੇ ਨੇ, ਬੀਜੇਪੀ ਦੇ ਵੱਡੇ ਲੀਡਰਾਂ ਨਾਲ ਮੁਲਾਕਾਤ ਹੋਵੇਗੀ, ਪਰ ਉਸ ਦੌਰਾਨ ਕਿਉਂਕਿ ਸੀਟਾਂ ਤੇ ਸਹਿਮਤੀ ਨਹੀਂ ਬਣੀ, ਸੀਟਾਂ ਤੇ ਸਹਿਮਤੀ ਨੂੰ ਲੈ ਕੇ ਗੱਲਬਾਤ ਜਾਰੀ ਹੈ, ਕਿਹੜੀਆਂ ਸੀਟਾਂ ਤੇ ਅਕਾਲੀ ਦਲ ਲੜੇਗਾ, ਕਿਹੜੀਆਂ ਸੀਟਾਂ ਤੇ ਬੀਜੇਪੀ ਲੜੇਗੀ, ਦੋਹਾਂ ਦੇ ਵਿਚਕਾਰ ਇਹ ਜਿਹੜਾ ਇਸ ਨੂੰ ਲੈ ਕੇ ਹਾਲੇ ਪੂਰੀ ਤਰ੍ਹਾਂ ਦੇ ਨਾਲ ਸਪਸ਼ਟਤਾ ਨਹੀਂ ਆਈ ਹੈ। ਇਸ ਕਰਕੇ ਚਰਚਾ ਦੋਹਾਂ ਪਾਰਟੀਆਂ ਦੇ ਵਿੱਚ ਚੱਲ ਰਹੀ ਹੈ। ਗੱਠਜੋੜ ਨੂੰ ਲੈ ਕੇ ਅਮਿਤ ਸ਼ਾਹ ਦਾ ਇਹ ਵੱਡਾ ਬਿਆਨ ਸਾਹਮਣੇ ਆਇਆ ਕਿ ਅਕਾਲੀ ਦਲ ਦੇ ਨਾਲ ਲਗਾਤਾਰ ਗੱਲਬਾਤ ਜਾਰੀ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਅਕਾਲੀ ਦਲ ਦੁਬਾਰਾ ਤੋਂ ਐਨਡੀਏ ਦਾ ਹਿੱਸਾ ਬਣੇ, ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਦਾ ਜਦੋਂ ਦੇਹਾਂਤ ਹੁੰਦਾ ਹੈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚਦੇ ਨੇ ਤੇ ਇਸ ਤੋਂ ਬਿਨਾਂ ਅਮਿਤ ਸ਼ਾਹ ਪਹੁੰਚਦੇ ਨੇ, ਜੇਪੀ ਨੱਡਾ ਪਹੁੰਚਦੇ ਨੇ, ਬੀਜੇਪੀ ਦੇ ਵੱਡੇ ਆਗੂ ਪਹੁੰਚਦੇ ਨੇ। ਹੁਣ ਵੀ ਜਦੋਂ ਦੁਬਾਰਾ ਤੋਂ ਭੋਗ ਜਿਹੜਾ ਲੰਬੀ ਦੇ ਵਿੱਚ ਬਾਦਲ ਪਿੰਡ ਦੇ ਵਿੱਚ ਪਾਇਆ ਗਿਆ ਤਾਂ ਉਸ ਦੌਰਾਨ ਸੁਨੀਲ ਜਾਖੜ ਜਿਹੜੇ ਇਸ ਵੇਲੇ ਸੂਬਾ ਪ੍ਰਧਾਨ ਨੇ ਭਾਜਪਾ ਦੇ, ਉਹ ਪਹੁੰਚੇ, ਤਾਰੀਫਾਂ ਦੇ ਪੁਲ ਬੰਨੇ, ਤਾਂ ਇਹ ਜਿਹੜੀਆਂ ਚਰਚਾਵਾਂ ਨੇ ਇਹ ਉਸ ਤੋਂ ਹੀ ਨਿਕਲ ਕੇ ਆਈਆਂ ਨੇ ਕਿ ਹੁਣ ਅਕਾਲੀ ਦਲ ਅਤੇ ਬੀਜੇਪੀ ਮੁੜ ਤੋਂ ਇਕੱਠੇ ਹੋ ਰਹੇ ਨੇ ਤੇ ਜੇਕਰ ਮੁੜ ਤੋਂ ਇਕੱਠੇ ਹੁੰਦੇ ਨੇ ਤਾਂ ਸਥਿਤੀ ਪੰਜਾਬ ਦੇ ਵਿੱਚ ਵੱਖਰੀ ਹੋਏਗੀ। ਕਾਂਗਰਸ ਦੇ ਵੱਡੇ ਆਗੂ ਲਗਾਤਾਰ ਕਹਿੰਦੇ ਆ ਰਹੇ ਨੇ ਕਿ ਅੰਡਰ ਦੀ ਟੇਬਲ ਸਮਝੌਤਾ ਹੋ ਚੁੱਕਿਆ, ਸਿਰਫ ਐਲਾਨ ਹੋਣਾ ਬਾਕੀ ਹੈ। ਪਰ ਹੁਣ ਜਿਸ ਢੰਗ ਦੇ ਨਾਲ ਅਮਿਤ ਸ਼ਾਹ ਦਾ ਬਿਆਨ ਆਇਆ ਹੈ ਕਿ ਹਾਲੇ ਇੱਕ ਦੂਜੇ ਨੂੰ ਸੀਟਾਂ ਦੇ ਆਫਰ ਦਿੱਤੇ ਜਾ ਰਹੇ ਨੇ, 2-3 ਦਿਨ ਦੇ ਵਿੱਚ ਸਥਿਤੀ ਜਿਹੜੀ ਆ ਉਹ ਸਾਫ਼ ਹੋਣੀ ਹੈ। ਅਮਿਤ ਸ਼ਾਹ ਦੇ ਵੱਲੋਂ ਇਹ ਸਟੇਟਮੈਂਟ ਦਿੱਤੀ ਗਈ ਹੈ, ਉਹਨਾਂ ਇਹ ਵੀ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਐਨਡੀਏ ਦੇ ਸਾਰੇ ਸਹਿਯੋਗੀ ਇਕੱਠੇ ਹੋਣ ਤਾਂ ਇਸ ਵਾਰ, ਕਿਉਂਕਿ 2024 ਦੇ ਵਿੱਚ ਜਿਹੜਾ ਮੋਦੀ ਦੇ ਵੱਲੋਂ, ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਇਹ ਨਾਰਾ ਦਿੱਤਾ ਗਿਆ ਕਿ ਬੀਜੇਪੀ ਜਿਹੜੀ ਆ 370 ਸੀਟਾਂ ਜਿੱਤੇਗੀ ਤੇ ਐਨਡੀਏ 400 ਤੋਂ ਪਾਰ ਜਾਵੇਗੀ, ਤੇ ਜੇਕਰ ਐਨਡੀਏ ਦੇ ਵਿੱਚ ਹਿੱਸੇਦਾਰ ਵਧਣਗੇ ਤਾਂ ਹੀ ਐਨਡੀਏ 400 ਤੋਂ ਪਾਰ ਜਿਹੜੀ ਆ ਉਹ ਜਾ ਸਕਦੀ ਹੈ। ਤਾਂ ਇਸ ਦੇ ਵਿਚਾਲੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਗੱਠਜੋੜ ਜਿਹੜਾ ਹੈ ਉਸ ਨੂੰ ਲੈ ਕੇ ਆਉਂਦੇ 2-3 ਦਿਨਾਂ ਦੇ ਵਿੱਚ ਹੀ ਜਿਹੜਾ ਸਪਸ਼ਟ ਸਾਹਮਣੇ ਆਵੇਗਾ ਕਿ ਕੀ ਗੱਠਜੋੜ ਜਿਹੜਾ ਇਹ ਹੁੰਦਾ ਹੈ। ਅਮਿਤ ਸ਼ਾਹ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਅਸੀਂ ਇੱਕ ਦੂਜੇ ਨੂੰ ਸੀਟਾਂ ਤੇ ਲੈ ਕੇ ਆਫਰ ਦੇ ਰਹੇ ਹਾਂ, ਤਾਂ ਕੀ ਐਨਡੀਏ ਮੁੜ ਤੋਂ ਐਨਡੀਏ ਦਾ ਹਿੱਸਾ ਬਣੇਗਾ, ਅਕਾਲੀ ਦਲ ਕੀ ਇਸ ਦੇ ਨਾਲ ਪੰਜਾਬ ਦੇ ਵਿੱਚ ਸਥਿਤੀ ਵੱਖਰੀ ਹੋਏਗੀ, ਤਾਂ ਤੁਸੀਂ ਕਮੈਂਟ ਕਰਕੇ ਵੀ ਸਾਨੂੰ ਦੱਸ ਸਕਦੇ ਹੋ ਕਿ ਕੀ ਵੱਖਰੀ ਹੋਏਗੀ ਸਥਿਤੀ ਜੇ ਲੱਗਦਾ ਹੈ ਕਿ ਅਕਾਲੀ ਦਲ ਅਤੇ ਬੀਜੇਪੀ ਦਾ ਗੱਠਜੋੜ ਹੁੰਦਾ ਹੈ ਤਾਂ ਕੀ ਅਕਾਲੀ ਦਲ ਅਤੇ ਬੀਜੇਪੀ ਵੱਧ ਸੀਟਾਂ ਲੈ ਕੇ ਜਾ ਸਕਦੇ ਨੇ ਪੰਜਾਬ ਦੇ ਵਿੱਚ, ਤਾਂ ਤੁਸੀਂ ਇਸ ਤੇ ਕਮੈਂਟ ਕਰਕੇ ਵੀ ਸਾਨੂੰ ਰਾਏ ਦੇ ਸਕਦੇ ਹੋ। ਜਾਂ ਫਿਰ ਕੀ ਜਿਵੇਂ ਪਟਿਆਲਾ ਤੋਂ ਜੇਕਰ ਪ੍ਰਨੀਤ ਕੌਰ ਲੜਦੇ ਨੇ ਅਕਾਲੀ ਬੀਜੇਪੀ ਦੀ ਸੀਟ ਤੇ ਤਾਂ ਕੀ ਬਿਹਤਰ ਪਰਫਾਰਮੈਂਸ ਰਹੇਗੀ, ਜਾਂ ਫਿਰ ਜਲੰਧਰ ਦੀ ਗੱਲ ਜਦੋਂ ਕੀਤੀ ਜਾਵੇ ਉੱਥੇ ਜੇਕਰ ਅਕਾਲੀ ਦਲ ਅਤੇ ਬੀਜੇਪੀ ਦਾ ਕੈਂਡੀਡੇਟ ਉੱਤਰਦਾ ਹੈ ਇਕੱਠੇ ਚੋਣ ਲੜਦੇ ਨੇ ਤਾਂ ਫਿਰ ਸੁਸ਼ੀਲ ਰਿੰਕੂ ਨੂੰ ਟੱਕਰ ਦਿੱਤੀ ਜਾ ਸਕੇਗੀ। ਇਹ ਸਾਰੇ ਸਵਾਲ ਨੇ, ਤਾਂ ਤੁਸੀਂ ਕਮੈਂਟ ਰਾਹੀਂ ਆਪਣਾ ਜਵਾਬ ਸਾਨੂੰ ਭੇਜ ਸਕਦੇ ਹੋ, ਤੁਸੀਂ ਤੁਹਾਡਾ ਕਮੈਂਟ ਪੜ੍ਹ ਕੇ ਜ਼ਰੂਰ ਦੱਸਾਂਗੇ। ਪਰ ਜਿਸ ਢੰਗ ਦੇ ਨਾਲ ਹੁਣ ਦੀ ਸਥਿਤੀ ਤੁਹਾਨੂੰ ਦੱਸ ਰਹੇ ਹਾਂ ਕਿ ਅਕਾਲੀ ਦਲ ਅਤੇ ਬੀਜੇਪੀ ਗੱਠਜੋੜ ਹੋ ਸਕਦਾ ਹੈ, ਸੰਭਾਵਨਾ ਬਰਕਰਾਰ ਹੈ। ਅਮਿਤ ਸ਼ਾਹ ਦੇ ਵੱਲੋਂ ਇਹ ਗੱਲ ਰਾਈਜ਼ਿੰਗ ਭਾਰਤ ਦੇ ਮੰਚ ਤੇ ਆਖੀ ਗਈ ਹੈ ਤੇ ਉਹਨਾਂ ਕਿਹਾ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਐਨਡੀਏ ਦੇ ਜਿਹੜੇ ਸਾਥੀ ਰਹੇ ਨੇ ਉਹ ਦੁਬਾਰਾ ਤੋਂ ਐਨਡੀਏ ਦੇ ਵਿੱਚ ਸ਼ਾਮਲ ਹੋਣ ਤੇ ਅਕਾਲੀ ਦਲ ਉਸ ਦਾ ਹਿੱਸਾ ਬਣੇ। ਜੇਕਰ ਅਕਾਲੀ ਦਲ ਹਿੱਸਾ ਬਣਦਾ, ਉਹਨਾਂ ਨੇ ਕਿਹਾ ਕਿ ਅਸੀਂ ਸੀਟ ਆਫਰ ਕਰ ਰਹੇ ਹਾਂ ਇੱਕ ਦੂਜੇ ਨੂੰ, ਤਾਂ ਦੱਸ ਦਈਏ ਕਿ ਜਿੱਥੇ ਪੇਚ ਕਿੱਥੇ ਫਸਿਆ ਹੋਇਆ। ਪੇਚ ਦਰਅਸਲ ਇਹ ਹੈ ਕਿ ਪਹਿਲਾਂ ਅਕਾਲੀ ਦਲ 10 ਸੀਟਾਂ ਤੇ ਚੋਣ ਲੜਦਾ ਸੀ, 3 ਸੀਟਾਂ ਤੇ ਬੀਜੇਪੀ ਆਪਣੇ ਉਮੀਦਵਾਰ ਉਤਾਰਦੀ ਸੀ, 10-3 ਦਾ ਫਾਰਮੂਲਾ ਜਿਹੜਾ ਹੈ ਪੰਜਾਬ ਦੇ ਵਿੱਚ ਇਹ ਲਾਗੂ ਹੁੰਦਾ ਸੀ। ਪਰ ਸਮੇਂ ਦੇ ਨਾਲ ਹੁਣ ਜਿਹੜਾ ਚੇਂਜ ਆਈ ਹੈ ਉਹ ਇਹ ਹੈ ਕਿ ਬੀਜੇਪੀ ਇਹ ਕਹਿ ਰਹੀ ਹੈ ਕਿ ਅਸੀਂ 5 ਸੀਟਾਂ ਤੇ ਚੋਣ ਲੜਾਂਗੇ, ਅਕਾਲੀ ਦਲ ਨੂੰ 8 ਸੀਟਾਂ ਦਿੱਤੀਆਂ ਜਾ ਰਹੀਆਂ ਨੇ ਤੇ ਅਕਾਲੀ ਦਲ ਇਸ ਤੇ ਸਹਿਮਤ ਵੀ ਹੈ ਕਿ 8 ਸੀਟਾਂ ਅਕਾਲੀ ਦਲ ਲੜੇਗਾ, 5 ਸੀਟਾਂ ਤੇ ਬੀਜੇਪੀ ਲੜੇਗੀ। ਪਰ ਇਸ ਦੇ ਵਿੱਚ ਸਵਾਲ ਇਹ ਹੈ ਕਿ ਕਿਹੜੀਆਂ 5 ਸੀਟਾਂ ਹੋਣਗੀਆਂ, ਕਿਉਂਕਿ 3 ਸੀਟਾਂ ਤਾਂ ਕਲੀਅਰ ਨੇ, ਜਿਸ ਦੇ ਵਿੱਚ ਹੁਸ਼ਿਆਰਪੁਰ ਹੈ, ਜਿਸ ਦੇ ਵਿੱਚ ਗੁਰਦਾਸਪੁਰ ਹੈ,
ਜਿਸ ਦੇ ਵਿੱਚ ਅੰਮ੍ਰਿਤਸਰ ਹੈ, ਤਿੰਨ ਸੀਟਾਂ ਤਾਂ ਕਲੀਅਰ ਨੇ, ਦੋ ਸੀਟਾਂ ਹੋਰ ਜਿਹੜੀਆਂ ਬੀਜੇਪੀ ਮੰਗ ਰਹੀ ਹੈ ਉਸ ਤੇ ਹਾਲੇ ਸਹਿਮਤੀ ਨਹੀਂ ਬਣੀ ਹੈਗੀ। ਉਸ ਦੇ ਵਿੱਚ ਇਹ ਸੀਟ ਹੈ ਕਿ ਪਟਿਆਲਾ ਸੀਟ ਹੋ ਸਕਦੀ ਹੈ, ਇੱਕ ਸੀਟ ਜਿਹੜੀ ਹੋਰ ਹੋ ਸਕਦੀ ਹੈ ਉਹ ਜਲੰਧਰ ਹੋ ਸਕਦੀ ਹੈ, ਬੀਜੇਪੀ ਚਾਹੁੰਦੀ ਹੈ। ਪਰ ਅਕਾਲੀ ਦਲ ਨੂੰ ਲੱਗਦਾ ਏ ਕਿ ਇਹ ਵਿਨਿੰਗ ਸੀਟਸ ਨੇ, ਇਸ ਦੇ ਨਾਲ ਇਹ ਹੈ ਕਿ ਇਹ ਸਾਰੀਆਂ ਜੇਤੂ ਹੋਣ ਵਾਲੀਆਂ ਸੀਟਾਂ ਨੇ, ਇਸ ਕਰਕੇ ਅਕਾਲੀ ਦਲ ਚਾਹੁੰਦਾ ਹੈ ਕਿ ਇਹਨਾਂ ਦੇ ਵਿੱਚੋਂ ਇੱਕ ਸੀਟ ਜਿਹੜੀ ਆ ਬੀਜੇਪੀ ਨੂੰ ਤੇ ਇੱਕ ਸੀਟ ਤੇ ਅਕਾਲੀ ਦਲ। ਜਿਵੇਂ ਜਲੰਧਰ ਦੀ ਸੀਟ ਹੈ, ਅਕਾਲੀ ਦਲ ਨੂੰ ਲੱਗਦਾ ਕਿ ਉਹ ਜਿੱਤੀ ਜਾ ਸਕਦੀ ਹੈ, ਉੱਥੇ ਵਿਨਿੰਗ ਸੀਟ ਹੈਗੀ ਇੱਕ ਤਰ੍ਹਾਂ ਦੇ ਨਾਲ ਅਕਾਲੀ ਦਲ ਨੂੰ ਇਹ ਲੱਗਦਾ, ਇਸ ਕਰਕੇ ਅਕਾਲੀ ਦਲ ਚਾਹੁੰਦਾ ਹੈ ਕਿ ਜਲੰਧਰ ਜਿਹੜੀ ਅਕਾਲੀ ਦਲ ਦੇ ਹਿੱਸੇ ਹੀ ਰਹੇ। ਤਾਂ ਹੁਣ ਇਸ ਤੇ ਪੇਚ ਫਸਿਆ ਹੋਇਆ ਤੇ ਅਮਿਤ ਸ਼ਾਹ ਦੇ ਵੱਲੋਂ ਵੀ ਇਹ ਗੱਲ ਆਖੀ ਗਈ ਹੈ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਨਾਲ ਗੱਠਜੋੜ ਹੈ, ਉਸ ਦੀ ਸੰਭਾਵਨਾ ਬਰਕਰਾਰ ਹੈ, ਆਉਂਦੇ 2-3 ਦਿਨਾਂ ਦੇ ਵਿੱਚ ਸਥਿਤੀ ਜਿਹੜੀ ਆ ਉਹ ਸਾਫ਼ ਹੋਣੀ ਹੈ ਤੇ ਅਸੀਂ ਇੱਕ ਦੂਜੇ ਨੂੰ ਸੀਟ ਆਫਰ ਕਰ ਰਹੇ ਹਾਂ ਕਿ ਇਸ ਸੀਟ ਤੇ ਤੁਸੀਂ ਲੜ ਲਓ, ਇਸ ਸੀਟ ਤੇ ਅਸੀਂ ਲੜ ਲੈਂਦੇ ਹਾਂ, ਇਸ ਤਰ੍ਹਾਂ ਦੀ ਆਫਰ ਇੱਕ ਦੂਜੇ ਨੂੰ ਦਿੱਤੀ ਜਾ ਰਹੀ ਹੈ। 2-3 ਦਿਨ ਦੇ ਵਿੱਚ ਜਿਹੜਾ ਇਹ ਅਕਾਲੀ ਬੀਜੇਪੀ ਦੇ ਨਾਲ ਗੱਠਜੋੜ ਦਾ ਐਲਾਨ ਹੈ ਜਿਹੜਾ ਉਹ ਹੋ ਸਕਦਾ ਏ, ਇਹ ਅਮਿਤ ਸ਼ਾਹ ਦੇ ਵੱਲੋਂ ਗੱਲ ਆਖੀ ਗਈ ਹੈ। ਤੇ ਉਹਨਾਂ ਨੇ ਕਿਹਾ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਅਕਾਲੀ ਦਲ ਸਾਡੇ ਨਾਲ ਮੁੜ ਤੋਂ ਐਨਡੀਏ ਦਾ ਹਿੱਸਾ ਬਣੇ, ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਜਾਂ ਜਿਸ ਵੇਲੇ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਬਣਦੀ ਹੈ ਉਸ ਦੌਰਾਨ ਤੋਂ ਹੀ ਗੱਠਜੋੜ ਜਿਹੜਾ ਏ ਉਹ ਬੀਜੇਪੀ ਦੇ ਨਾਲ ਸੀ। 1999 ਤੋਂ ਬਾਅਦ 2004, 2009, 2014, 2019 ਤੇ ਲੋਕ ਸਭਾ ਚੋਣਾਂ 2019 ਵੀ ਇਕੱਠੀਆਂ ਲੜੀਆਂ, ਪਰ 22 ਦੇ ਵਿੱਚ ਤੋਂ ਪਹਿਲਾਂ, ਕਿਉਂਕਿ 20 ਦੇ ਵਿੱਚ ਕਿਸਾਨ ਅੰਦੋਲਨ ਸ਼ੁਰੂ ਹੁੰਦਾ ਏ, 20 ਦੇ ਵਿੱਚ ਕਿਸਾਨ ਅੰਦੋਲਨ ਸ਼ੁਰੂ ਹੁੰਦਾ, ਪੰਜਾਬ ਦੇ ਲੋਕ ਵੱਡੇ ਪੱਧਰ ਤੇ ਭਾਜਪਾ ਦਾ ਵਿਰੋਧ ਕਰਦੇ ਨੇ, ਅਕਾਲੀ ਦਲ ਦਾ ਵੀ ਵਿਰੋਧ ਹੁੰਦਾ ਕਿ ਤੁਸੀਂ ਭਾਈਵਾਲ ਹੋ ਤੇ ਅਜਿਹੇ ਜਿਹੜੇ ਕਾਨੂੰਨ ਨੇ, 3 ਕਾਨੂੰਨ ਉਹ ਲਿਆਂਦੇ ਜਾ ਰਹੇ ਨੇ। ਜਿਸ ਤੋਂ ਬਾਅਦ ਜਿਹੜੇ ਹਰਸਿਮਰਤ ਕੌਰ ਬਾਦਲ ਨੇ ਉਹ ਅਸਤੀਫਾ ਦੇ ਦਿੰਦੇ ਨੇ, ਕੇਂਦਰ ਦੇ ਵਿੱਚ ਮੰਤਰੀ ਸੀ, ਤੇ ਅਕਾਲੀ ਦਲ ਤੇ ਬੀਜੇਪੀ ਦਾ ਗੱਠਜੋੜ ਟੁੱਟ ਜਾਂਦਾ ਤੇ ਵਿਧਾਨ ਸਭਾ ਚੋਣਾਂ ਦੇ ਦੌਰਾਨ ਅਕਾਲੀ ਦਲ ਬੀਐਸਪੀ ਨਾਲ ਸਮਝੌਤਾ ਕਰ ਲੈਂਦਾ। ਹਾਲਾਂਕਿ ਉਸ ਦੌਰਾਨ 4 ਸੀਟਾਂ ਇਸ ਗੱਠਜੋੜ ਨੂੰ ਮਿਲਦੀਆਂ ਨੇ, 1 ਬੀਐਸਪੀ ਨੂੰ ਬੰਗਾ ਸੀਟ ਮਿਲਦੀ ਹੈ, 3 ਸੀਟਾਂ ਜਿਹੜੀਆਂ ਨੇ ਉਹ ਅਕਾਲੀ ਦਲ ਨੂੰ ਮਿਲਦੀਆਂ ਨੇ, ਜਿਸ ਦੇ ਵਿੱਚ ਗਨੀਬ ਕੌਰ ਮਜੀਠੀਆ ਨੇ ਜਾਂ ਫਿਰ ਜਿਹੜੇ ਇਆਲੀ ਨੇ ਜਾਂ ਡਾਕਟਰ ਸੁੱਖੀ ਨੇ, 3 ਸੀਟਾਂ ਜਿਹੜੀਆਂ ਅਕਾਲੀ ਦਲ ਦੇ ਹਿੱਸੇ ਆਉਂਦੀਆਂ ਨੇ, 4 ਸੀਟਾਂ ਮਿਲਦੀਆਂ ਨੇ। ਤੇ ਹੁਣ ਜਿਹੜੀ 2024 ਹੈ, 2024 ਦੇ ਵਿੱਚ ਜੇਕਰ ਅਕਾਲੀ ਦਲ ਤੇ ਬੀਜੇਪੀ ਦਾ ਮੁੜ ਤੋਂ ਗੱਠਜੋੜ ਹੁੰਦਾ ਹੈ ਤਾਂ 13 ਦੇ ਵਿੱਚੋਂ ਕਿੰਨੀਆਂ ਸੀਟਾਂ ਲਜਾਏਗੀ ਇਹ ਦੇਖਣਾ ਹੋਏਗਾ, ਕਿਉਂਕਿ ਜੇਕਰ ਤੁਸੀਂ 2019 ਦਾ ਰਿਜ਼ਲਟ ਦੇਖਦੇ ਹੋ ਤਾਂ ਉਦੋਂ ਸੁਖਬੀਰ ਸਿੰਘ ਬਾਦਲ ਫਿਰੋਜ਼ਪੁਰ ਤੋਂ ਸਭ ਤੋਂ ਵੱਡੇ 1,98,000 ਦੇ ਮਾਰਜਨ ਨਾਲ ਜਿੱਤੇ ਸੀ। ਹਰਸਿਮਰਤ ਕੌਰ ਬਾਦਲ ਬਠਿੰਡਾ ਸੀਟ ਜਿੱਤੇ, 2 ਸੀਟਾਂ ਅਕਾਲੀ ਦਲ ਦੇ ਹਿੱਸੇ ਗਈਆਂ ਤੇ ਸੰਨੀ ਦਿਓਲ ਜਿੱਤੇ ਤੇ ਸੋਮ ਪ੍ਰਕਾਸ਼ ਜਿੱਤੇ ਹੁਸ਼ਿਆਰਪੁਰ ਤੋਂ, ਸੰਨੀ ਦਿਓਲ ਜਿੱਤੇ ਗੁਰਦਾਸਪੁਰ ਤੋਂ। ਇਸ ਤਰ੍ਹਾਂ 4 ਸੀਟਾਂ ਜਿਹੜੀਆਂ ਨੇ ਉਸ ਵੇਲੇ ਅਕਾਲੀ ਦਲ ਬੀਜੇਪੀ ਗੱਠਜੋੜ ਨੂੰ, 8 ਸੀਟਾਂ ਕਾਂਗਰਸ ਨੂੰ ਗਈਆਂ ਸੀ ਤੇ 1 ਸੀਟ ਆਮ ਆਦਮੀ ਪਾਰਟੀ ਨੂੰ ਭਗਵੰਤ ਮਾਨ ਦੇ ਰੂਪ ਦੇ ਵਿੱਚ ਆਈ। ਉਸ ਤੋਂ ਬਾਅਦ ਜ਼ਿਮਨੀ ਚੋਣ ਹੁੰਦੀ ਹੈ, ਜ਼ਿਮਨੀ ਚੋਣ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਜਿੱਤ ਜਾਂਦੇ ਨੇ, ਆਮ ਆਦਮੀ ਪਾਰਟੀ ਆਪਣੀ ਸੀਟ ਗਵਾ ਬੈਠਦੀ ਹੈ। ਫਿਰ ਜ਼ਿਮਨੀ ਚੋਣ ਜਲੰਧਰ ਦੀ ਹੁੰਦੀ ਹੈ, ਉਸ ਵੇਲੇ ਸੁਸ਼ੀਲ ਰਿੰਕੂ ਜਿੱਤਦੇ ਨੇ ਤਾਂ ਆਮ ਆਦਮੀ ਪਾਰਟੀ ਦੀ ਇੱਕ ਖੁਸ਼ੀ ਹੋਈ ਸੀਟ ਵਾਪਸ ਆ ਜਾਂਦੀ ਹੈ ਤੇ ਕਾਂਗਰਸ ਦੀ 8 ਦੇ ਵਿੱਚੋਂ 7 ਸੀਟਾਂ ਰਹਿ ਜਾਂਦੀਆਂ ਨੇ। ਤੇ ਇਸ ਢੰਗ ਦੇ ਨਾਲ ਹੁਣ ਜਿਹੜੀ ਸਥਿਤੀ ਹੈ 2024 ਆ ਗਿਆ, 2024 ਦੇ ਵਿੱਚ ਅਕਾਲੀ ਦਲ ਅਤੇ ਬੀਜੇਪੀ ਜੇਕਰ ਗੱਠਜੋੜ ਹੁੰਦਾ ਏ ਤਾਂ ਸਥਿਤੀ ਵੱਖਰੀ ਹੋ ਸਕਦੀ ਹੈ, ਕਿਉਂਕਿ ਜਿਸ ਢੰਗ ਦੇ ਨਾਲ ਬੀਬੀ ਜਗੀਰ ਕੌਰ ਵਾਪਸ ਆਏ ਨੇ ਜਾਂ ਜਿਵੇਂ ਜਿਹੜੇ ਢੀਂਡਸਾ ਪਰਿਵਾਰ ਹੈ ਉਹ ਅਕਾਲੀ ਦਲ ਦੇ ਵਿੱਚ ਵਾਪਸ ਆਇਆ ਏ, ਤਾਂ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਅਕਾਲੀ ਦਲ ਨੂੰ ਮਜ਼ਬੂਤ ਕਰ ਸਕਦੀਆਂ ਨੇ। ਤੇ ਅਕਾਲੀ ਦਲ ਅਤੇ ਬੀਜੇਪੀ ਦਾ ਜੇਕਰ ਗੱਠਜੋੜ ਹੁੰਦਾ ਏ ਤਾਂ ਫਿਰ ਪੰਜਾਬ ਦੇ ਵਿੱਚ ਜਿਹੜਾ ਪੋਲੀਟੀਕਲ ਸਿਨੈਰੀਓ ਹੈ ਉਹ ਵੱਖਰਾ ਹੋਏਗਾ। ਤਾਂ ਅਮਿਤ ਸ਼ਾਹ ਦੇ ਵੱਲੋਂ ਇਹ ਸਟੇਟਮੈਂਟ ਦੇਣਾ ਕਿ ਸਮਝੌਤੇ ਤੇ ਗੱਲਬਾਤ ਚੱਲ ਰਹੀ ਹੈ, ਅਕਾਲੀ ਦਲ ਨਾਲ ਗੱਲਬਾਤ ਜਾਰੀ ਹੈ, ਅਸੀਂ ਇੱਕ ਦੂਜੇ ਨੂੰ ਸੀਟ ਆਫਰ ਕਰ ਰਹੇ ਹਾਂ, ਬਹੁਤ ਵੱਡਾ ਬਿਆਨ ਹੈ, ਰਾਜਨੀਤੀ ਦੇ ਨਾਲ ਜੁੜਿਆ ਹੋਇਆ, ਸਿਆਸਤ ਦੇ ਨਾਲ ਜੁੜਿਆ ਹੋਇਆ, ਖਾਸ ਕਰ ਪੰਜਾਬ ਦੀ ਸਿਆਸਤ ਦੇ ਨਾਲ ਜੁੜਿਆ ਹੋਇਆ, ਕਿਉਂਕਿ ਪੰਜਾਬ ਦੇ ਵਿੱਚ ਅਕਾਲੀ ਦਲ ਅਤੇ ਬੀਜੇਪੀ ਪਹਿਲਾਂ ਵੀ 2 ਵਾਰ ਸਰਕਾਰ ਬਣਾ ਚੁੱਕੇ ਨੇ, ਜਿਸ ਢੰਗ ਦੇ ਨਾਲ 10 ਸਾਲ ਪੰਜਾਬ ਦੇ ਵਿੱਚ, 2007 ਤੋਂ 12, 12 ਤੋਂ 17 ਜਿਹੜੀਆਂ ਸੀਟਾਂ ਨੇ ਅਕਾਲੀ ਦਲ ਅਤੇ ਬੀਜੇਪੀ ਦੀਆਂ ਇਕੱਠੇ ਹੀ ਚੁਣ ਕੇ ਆਈਆਂ ਨੇ।
ਹਾਲਾਂਕਿ ਉਦੋਂ 23 ਸੀਟਾਂ ਵਿਧਾਨ ਸਭਾ ਦੀਆਂ ਤੇ ਬੀਜੇਪੀ ਲੜਦੀ ਸੀ, ਬਾਕੀ ਸੀਟਾਂ ਤੇ ਜਿਹੜਾ ਅਕਾਲੀ ਦਲ ਚੋਣ ਲੜਦਾ ਸੀ। ਤਾਂ ਹੁਣ ਜਿਸ ਢੰਗ ਦੇ ਨਾਲ ਅਮਿਤ ਸ਼ਾਹ ਦਾ, ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਜਦੋਂ ਰਾਈਜ਼ਿੰਗ ਭਾਰਤ ਦੇ ਮੰਚ ਤੇ ਆਉਂਦੇ ਨੇ, ਤਾਂ ਇਹ ਜਿਹੜਾ ਸਵਾਲ ਹੈ ਪੁੱਛਿਆ ਜਾਂਦਾ ਹੈ, ਜਿਸ ਤੋਂ ਬਾਅਦ ਇਹ ਜਵਾਬ ਜਿਹੜਾ ਹੈ ਉਹ ਸਾਹਮਣੇ ਆਉਂਦਾ ਕਿ ਸਾਈਡ ਦੇ ਨਾਲ ਅਕਾਲੀ ਦਲ ਦੇ ਨਾਲ ਗੱਠਜੋੜ ਤੇ ਗੱਲਬਾਤ ਜਾਰੀ ਹੈ ਤੇ ਅਕਾਲੀ ਦਲ ਨਾਲ ਗੱਲਬਾਤ ਲਗਾਤਾਰ ਜਾਰੀ ਹੈ ਤੇ ਆਉਂਦੇ ਦਿਨਾਂ ਦੇ ਵਿੱਚ ਇਸ ਤੇ ਸਪਸ਼ਟ ਹੋਏਗੀ, 2-3 ਦਿਨ ਦੇ ਵਿੱਚ ਸਥਿਤੀ ਸਪਸ਼ਟ ਹੋਏਗੀ ਤਾਂ ਫਾਈਨਲ ਫੈਸਲਾ 2-3 ਦਿਨ ਦੇ ਵਿੱਚ ਆ ਜਾਵੇਗਾ। ਅਸੀਂ ਹਲੇ ਆਫਰ ਦੇ ਰਹੇ ਹਾਂ ਤਾਂ ਅਕਾਲੀ ਦਲ ਮੁੜ ਐਨਡੀਏ ਦਾ ਹਿੱਸਾ ਬਣੇਗਾ, ਅਜਿਹਾ ਜਿਹੜਾ ਆਫਰ ਹੈ ਉਹ ਬੀਜੇਪੀ ਦੇ ਵੱਲੋਂ ਐਨਡੀਏ ਦੇ ਵੱਲੋਂ ਦਿੱਤਾ ਗਿਆ ਅਕਾਲੀ ਦਲ ਨੂੰ। ਕੀ ਹੁਣ ਸਵਾਲ ਇਹੀ ਹੈ ਕਿ ਕੀ SAD ਯਾਨੀ ਕਿ ਅਕਾਲੀ ਦਲ ਅਤੇ ਬੀਜੇਪੀ ਦੇ ਵਿਚਕਾਰ ਸਮਝੌਤਾ ਹੋਏਗਾ, ਇਹ ਵੱਡਾ ਸਵਾਲ ਹੈ। ਜੇਕਰ ਸਮਝੌਤਾ ਹੁੰਦਾ ਹੈ ਤਾਂ ਫਿਰ ਕੀ ਰਿਜ਼ਲਟ ਜਿਹੜੇ ਨੇ ਉਹ 4 ਜੂਨ ਨੂੰ ਆਉਣ ਵਾਲੇ ਨਤੀਜਿਆਂ ਤੇ ਇਸ ਦਾ ਅਸਰ ਪਵੇਗਾ। ਹਾਲਾਂਕਿ ਕਿਸਾਨ ਅੰਦੋਲਨ ਵੀ ਜਾਰੀ ਆ ਹਾਲੇ ਵੀ, ਤਾਂ ਉਦੋਂ ਵੀ ਅੰਦੋਲਨ ਜਾਰੀ ਸੀ ਪਰ ਹੁਣ ਅਤੇ ਪਹਿਲਾਂ ਦੇ ਅੰਦੋਲਨ ਦੇ ਵਿੱਚ ਫਰਕ ਜ਼ਰੂਰ ਹੈ, ਕਿਉਂਕਿ ਉਦੋਂ ਅੰਦੋਲਨ ਜਿਹੜਾ ਹੈ ਸਾਰੀਆਂ ਜਥੇਬੰਦੀਆਂ ਇਕੱਠੀਆਂ ਸੀਗੀਆਂ ਪਰ ਹੁਣ ਸਿਰਫ 2 ਜਥੇਬੰਦੀਆਂ ਨੇ ਜਿਹੜੀਆਂ ਅੰਦੋਲਨ ਕਰ ਰਹੀਆਂ ਨੇ ਤੇ ਉਹਨਾਂ ਦੀ ਵੀ ਗਿਣਤੀ ਜਿਹੜੀ ਹੈ ਅਕਾਲੀ ਦਲ ਨੂੰ ਲੱਗਦਾ ਕਿ ਸ਼ਾਇਦ ਬਹੁਤ ਜ਼ਿਆਦਾ ਸਟਰੈਂਥ ਨਹੀਂ ਹੈ ਕਿਸਾਨ ਅੰਦੋਲਨ ਤੇ ਜਿਹੜੇ 3 ਲਾਅ ਨੇ ਉਹ ਤਾਂ ਵਾਪਸ ਲੈ ਲਏ ਗਏ ਸੀ ਜਿਸ ਕਰਕੇ ਅਕਾਲੀ ਦਲ ਅਤੇ ਬੀਜੇਪੀ ਦਾ ਗੱਠਜੋੜ ਟੁੱਟਿਆ ਸੀ। ਤਾਂ ਹੁਣ ਦੁਬਾਰਾ ਤੋਂ ਗੱਲਬਾਤ ਹੋਏਗੀ, ਦੁਬਾਰਾ ਤੋਂ ਗੱਲਬਾਤ ਜਾਰੀ ਹੈ ਤੇ ਕੀ ਦੁਬਾਰਾ ਤੋਂ ਸਮਝੌਤਾ ਹੋਏਗਾ, ਕੀ ਸਮਝੌਤਾ ਹੁੰਦਾ ਹੈ, ਫਿਰ ਫਾਇਦਾ ਹੋਏਗਾ ਅਕਾਲੀ ਦਲ ਅਤੇ ਬੀਜੇਪੀ ਨੂੰ ਪੰਜਾਬ ਦੇ ਵਿੱਚ, ਕੀ 13 ਦੇ ਵਿੱਚੋਂ ਕਿੰਨੀਆਂ ਸੀਟਾਂ ਲੈ ਕੇ ਜਾ ਸਕਦੀ ਹੈ ਅਕਾਲੀ ਦਲ ਅਤੇ ਬੀਜੇਪੀ, ਇਹ ਦੇਖਣਾ ਹੋਏਗਾ। ਪਰ ਜਿਸ ਢੰਗ ਦੇ ਨਾਲ ਅਮਿਤ ਸ਼ਾਹ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਸਟੇਟਮੈਂਟ ਹੈ।